नमस्ते, सत श्री अकाल आदाब। अज असीं पहुँच चुके हाँ पटियाला दे टॉप किचन अपलाइंसेस शोरूम किचन केयर ते मेरे नाल अज किचन केयर दे बिजनेस ओनर संजय मित्तल जी। सत श्री अकाल सर। ते अज सर तो पुछांगा मैं कुछ सवाल जिहड़े आम लोगों के भी होणगे ते बिजनेस दे रिगार्डिंग भी होणगे ते बिजनेस कदों एस्टैबलिश होया, प्रोडक्ट्स की ने, रेंजेस की ने। तो सर मैं सब तो पहले तुहाडे तों जानना चाहना तुसीं आ बिजनेस कद स्टार्ट करिया ते इस बिजनेस नूं ही क्यों चूज करिया ते तो इस बिजनेस लेके की गोल ने। सर इस तरह है कि मैं बिजनेस 99 तो ही वैसे इस फील्ड चा, लेकिन मेजर जड़ा साड़ा मेरा वर्क है 2008 तो मैं फर्स्ट लोअर माल कृष्ण नगर शोरूम बनाया सी। हाँ जी सर। तो स्टार के अंदर मैं देखा कि किचन अपलायंसेज जड़ा मॉडल किचन कॉन्सैप्ट पटियाला इन्ना इंट्रोड्यूस नहीं होया सीगा। तो मैं 2008 के अंदर ही सब तो पहला कि चिमनीज तो स्टार्ट करया और उस दे नाल किचन अपलायंसिज हॉब्स सुल्ला बर्नरस कुकटॉप्स ते उस तो बाद कैंट आरओ दी मैं डिस्ट्रीब्यूशन तो स्टार्ट कराया सी बिजनेस 2008। मतलब मेन इस कंसैप्ट नू चिमनी दे कंसैप्ट नू इक लग से अपनी इंट्रोड्यूस करन वाले मतलब तुसी सीगे इस एरिया दे। हां सारे कह सकदे हां जी वी पटियाला दे अंदर असी कंप्लीट किचन मॉडुलर किचन दा कंसैप्ट जिहड़ा है जो आने वाले टाइम दे तो भी पहला जिहड़ा चीज इंट्रोड्यूस असी ही करदे रहे हां। ठीक है जी, असं अपने को हर स्टैप हर लेटेस्ट हर अच्छे ब्रांड के नाल जुड़ के बेस्ट सर्विस कस्टमर दे गए असी जिहड़े उत्थे तक पहुंचे। सर आपने किन्ने केड़े केड़े ब्रांड्स हैगे ने? देखो सर मैं अलीका वर्लपूल हैफले बॉश कैंट आरओ दे अंदर जिहड़ा सब तो टॉप ब्रांड कैंट आरओ दे अंदर डील करदे हां जी असीं, जिहड़ा कि असीं सारा पटियाला तो लैके सार इधर खन्ना एंड बरनाला दा सारे तक दी डिस्ट्रीब्यूशन करदे हां। ਕੋਈ ਪਰਸਨ ਸ਼ੌਪ ਦੇ ਉੱਤੇ ਆਉਂਦਾ ਉਹਨਾਂ ਦੇ ਸਵਾਲ ਹੁੰਦੇ ਨੇ ਕਿ ਚਿਮਨੀ ਲੈਣੀ ਹੈ ਬਈ ਕੀ ਕੈਟੇਗਰੀਜ਼ ਹੁੰਦੀਆਂ ਨੇ, ਕੀ ਪ੍ਰਾਈਸ ਰੇਂਜਿਸ ਹੁੰਦੀਆਂ ਨੇ, ਉਹਨਾਂ ਦੇ ਕੀ ਡਾਊਟ ਹੁੰਦੇ ਨੇ? ਸਰ ਦੇਖੋ ਅਸੀਂ ਜੋ ਵੀ ਕਸਟਮਰ ਮੇਜਰ ਆਉਂਦਾ ਮੋਸਟਲੀ ਬਾਕੀ ਜਦੋਂ ਕੋਈ ਬੰਦਾ ਵਿਜ਼ਿਟ ਕਰਕੇ ਆਉਂਦਾ ਉਹ ਸਿਰਫ ਪੁੱਛ ਆ ਕੇ ਰੇਟਸ ਔਰ ਚਿਮਨੀ ਦੇਖਦਾ, ਬਟ ਅਸੀਂ ਜਿਹੜਾ ਨਾ ਕਸਟਮਰ ਨੂੰ ਫਸਟ ਟਾਈਮ ਤੋਂ ਸਭ ਤੋਂ ਪ੍ਰੋਪਰ ਪਹਿਲਾਂ ਗਾਈਡ ਕਰਦੇ ਹਾਂ ਵੀ ਤੁਹਾਡਾ ਪ੍ਰੋਵੀਜ਼ਨ ਕੀ ਹੈ ਚਿਮਨੀ, ਅਸੀਂ ਉਦੋਂ ਤੱਕ ਨਹੀਂ ਲਗਾਉਂਦੇ ਜਦ ਤੱਕ ਉਹਦੀ ਪ੍ਰੋਵੀਜ਼ਨ ਬੈਸਟ ਨਹੀਂ ਹੁੰਦੀ। ਔਰ ਜਿਹੜਾ ਸਾਡਾ ਕੋਲ ਜਿਹੜਾ ਐਸੋਸੀਏਟ ਸਟਾਫ ਹੈ ਸਭ ਤੋਂ ਪਹਿਲਾਂ ਸਟਾਫ ਅਤੇ ਅਸੀਂ ਕਸਟਮਰ ਦੀ ਪ੍ਰੋਵੀਜ਼ਨ ਕੀ ਹੈ ਉਹਦੀ ਵੀ ਅਸੀਂ ਈਵਨ ਵਿਜ਼ਿਟ ਕਰਾ ਕੇ ਵੀ ਪ੍ਰੋਵੀਜ਼ਨ ਸੈੱਟ ਕਰਾਉਂਦੇ ਹਾਂ ਔਰ ਉਹਦੇ ਅਕੋਰਡਿੰਗਲੀ ਕਿਹੜਾ ਮਾਡਲ ਸੂਟੇਬਲ ਹੈ ਕਿਹੜੇ ਮਾਡਲ ਬ੍ਰਾਂਡ ਦਾ ਉਹਨੂੰ ਅੱਛਾ ਲੱਗਦਾ ਔਰ ਉਹਦੇ ਅਕੋਰਡਿੰਗਲੀ ਅਸੀਂ ਉਸ ਨੂੰ ਸਰਵਿਸ ਪ੍ਰੋਵਾਈਡ ਕਰਦੇ ਹਾਂ। ਮਤਲਬ ਕੰਪਲੀਟ ਉਹਦਾ ਪ੍ਰੋਵੀਜ਼ਨ ਤੋਂ ਲੈ ਕੇ ਚਿਮਨੀ ਦੀ ਚੁਆਇਸ ਤੋਂ ਲੈ ਕੇ ਔਰ ਚਿਮਨੀ ਦੀ ਇੰਸਟਾਲੇਸ਼ਨ ਤੱਕ ਜਿੰਨਾ ਵੀ ਕੰਮ ਹੈ ਉਹ ਸਾਡੇ ਕੋਲ ਸਾਰੀ ਆਪਣੀ ਟੀਮ ਹੈ ਜਿਹੜੇ ਅਸੀਂ ਪ੍ਰੋਪਰ ਫਸਟ ਸਟੇਜ ਉੱਤੇ ਸਾਰਾ ਸਰਵਿਸ ਦਾ ਸਿਸਟਮ ਰੱਖਿਆ। ਮਤਲਬ ਜਿਵੇਂ ਕਲਾਇੰਟ ਵਿਜ਼ਿਟ ਕਰੇ ਉਹਨੂੰ ਚੂਜ਼ ਕਰਾਉਣਾ, ਉਹਦੇ ਦੇਖਣਾ ਵੀ ਹਾਊਸ ਦੇ ਅੰਦਰ ਕਿੰਨੀ ਸਪੇਸ ਹੈ ਅਤੇ ਉਸ ਤੋਂ ਬਾਅਦ ਉਹਦਾ ਇੰਸਟਾਲ ਕਰਨਾ, ਏ ਟੂ ਜੈਡ ਸਾਰਾ ਪ੍ਰੋਸੈਸ ਉਹਦੇ ਪੂਰੇ ਤੋਂ ਹੀ ਹੋਏਗਾ ਏ ਟੂ ਜੈਡ। ਅਤੇ ਸਰ ਆਪਣੀ ਅਫੋਰਡੇਬਿਲਟੀ ਕੀ ਹੈ, ਕਲਾਇੰਟ ਆ ਕੇ ਪੁੱਛਦਾ ਵੀ ਸਾਨੂੰ ਬਹੁਤ ਜ਼ਿਆਦਾ ਕੋਸਟਲੀ ਨਹੀਂ ਕਰਨਾ, ਵੀ ਕਿਹੜੀ ਪ੍ਰਾਈਸ ਦੇ ਸਟਾਰਟ ਹੋਵੇ? ਸਰ ਸਾਡੇ ਕੋਲ ਦੇਖੋ ਇਸ ਤਰ੍ਹਾਂ ਹੈ, ਕਸਟਮਰ ਦੀ ਚੁਆਇਸ ਉਹਦੇ ਪੋਕਟ ਦੇ ਅਕੋਰਡਿੰਗਲੀ ਤੋਂ ਹੀ ਸਟਾਰਟ ਹੈ। ਇਹ ਨਹੀਂ ਹੈ ਕਿ ਕਿਚਨ ਗੇਅਰ ਸਭ ਤੋਂ ਮਹਿੰਗੇ ਪ੍ਰੋਡਕਟਸ ਨੇ, ਅਸੀਂ ਬੇਸਿਕ 6000 ਤੋਂ ਵੀ ਚਿਮਨੀ ਸਟਾਰਟ ਹੋ ਗਏ, ਅਪ ਟੂ ਸਾਡੇ ਕੋਲ 2.5 ਲੱਖ ਤੱਕ ਚਿਮਨੀ ਡਿਸਪਲੇ ਹੈਗੀ ਹੈ। ਠੀਕ ਹੈ ਜੀ, ਬਾਕੀ ਮੋਸਟਲੀ ਜਿਹੜੀ ਹੈ ਉਹ ਮਾਡਲ 15-20 ਹਜ਼ਾਰ ਦੀ ਰੇਂਜ ਦੇ ਅੰਦਰ ਹੀ ਲੱਗਦੇ ਆ ਜ਼ਿਆਦਾ ਤੋਂ ਜ਼ਿਆਦਾ, ਅਤੇ ਉਹ ਉਸ 'ਚ ਵੀ ਸਾਡੇ ਕੋਲ ਬਹੁਤ ਹੈਵੀ ਚੋਇਸਿਸ ਹੈ। ਪ੍ਰੋਡਕਟਸ ਦੀ ਵਾਰੰਟੀ ਹੁੰਦੀ ਹੈ, ਚਿਮਨੀਜ਼ ਹੋ ਗਿਆ, ਇਨਬਿਲਡ ਮਾਈਕ੍ਰੋਵਨਸ ਹੋ ਗਏ। ਹਾਂ ਸਰ, ਇਹ ਨਾ ਵੈਰੀ ਕਰਦੇ ਆ ਮਾਡਲ ਟੂ ਮਾਡਲ, ਕਈ ਮਾਡਲ 2 ਸਾਲ ਗਰੰਟੀ ਵਾਲੇ ਆ, ਕੁਝ 5 ਆ, ਕੋਈ 15 ਸਾਲ ਦੀ ਗਰੰਟੀ ਵਾਲੇ ਆ, ਅਤੇ ਉਹ ਮਾਡਲ ਦੀ ਹਰ ਕੰਪਨੀ ਦੇ ਮਾਡਲ ਦੀ ਵਾਰੰਟੀ ਸਿਸਟਮ ਅਲੱਗ ਹੈ। ਮਤਲਬ ਮੈਕਸੀਮ 15 ਸਾਲ ਦੀ ਵਾਰੰਟੀ ਵਾਲੇ ਮਾਡਲ ਜਿਹੜੇ ਆ ਉਹ ਅਲੀਕਾ ਔਰ ਵਰਲਪੂਲ ਬ੍ਰਾਂਡ ਦੇ ਅੰਦਰ ਹੀ ਹੁੰਦੇ ਆ। ਸਰ ਸ਼ੋਰੂਮ ਨੇ ਤੁਹਾਨੂੰ ਇੱਕ ਬਹੁਤ ਹੀ ਅੱਛੀ ਗੱਲ ਦੇਖੀ, ਆਪਣੇ ਕਈ ਸ਼ੋਰੂਮ ਬੜੇ ਲਿਮਿਟਿਡ ਪ੍ਰੋਡਕਟਸ ਹੁੰਦੇ ਨੇ ਡੈਮੋ ਦੇ ਲਈ, ਸ਼ੋ ਪੀਸ ਦੇ ਲਈ, ਤੁਹਾਡੇ ਬਹੁਤ ਹੀ ਜ਼ਿਆਦਾ ਵਰਾਇਟੀ ਰੱਖੀ ਹੋਈ ਹੈ। ਨਹੀਂ ਸਰ ਦੇਖੋ ਇਸ ਤਰ੍ਹਾਂ, ਕਸਟਮਰ ਨੂੰ ਨਾ ਅਸੀਂ ਕਿਸੇ ਵੀ ਬ੍ਰਾਂਡ ਦਾ ਤਾਂ ਹੀ ਪਤਾ ਲੱਗ ਸਕਦਾ ਵੀ ਕੰਪਨੀ ਕੋਲ ਕੀ ਰੇਂਜ ਹੈ। ਅਗਰ 2-3 ਪ੍ਰੋਡਕਟ ਦੇ ਕੇ ਅਸੀਂ ਕਸਟਮਰ ਕਹਾਂ ਜੀ ਸਾਡੇ ਕੋਲ ਇਹ ਕੰਪਨੀ ਦਾ ਬ੍ਰਾਂਡ ਹੈ, ਤਾਂ ਉਹ ਕੰਪਨੀ ਦਾ ਵੀ ਪ੍ਰੋਪਰ ਫੋਲੋ ਉਹਦਾ ਪਤਾ ਨਹੀਂ ਲੱਗਦਾ ਗੈਟਅਪ 'ਤੇ। ਅਸੀਂ ਕੰਪਨੀ ਨੇ ਜੋ ਵੀ ਬਣਾਇਆ ਅਸੀਂ ਹਰ ਪ੍ਰੋਡਕਟ ਜਿਹੜਾ ਹੈ ਇੱਕ ਇੱਕ ਕਰਕੇ ਡਿਸਪਲੇ ਵੀ ਕੀਤਾ ਹੋਇਆ ਔਰ ਕੁਛ ਅਸੀਂ ਲਾਈਵ ਡੈਮੋਜ਼ ਵੀ ਕਸਟਮਰ ਦੀ ਚੁਆਇਸ ਲਈ ਕਰਦੇ ਹਾਂ ਵੀ ਇਹ ਬਰਨਰ ਕਿਸ ਤਰ੍ਹਾਂ ਚੱਲ ਸਕਦਾ, ਇਹਦੀ ਕਿਸ ਤਰ੍ਹਾਂ ਫਲੇਮ ਆਏਗੀ ਔਰ ਚਿਮਨੀ ਦੀ ਸਕਸ਼ਨ ਕਿਸ ਤਰੀਕੇ ਦੀ ਹੈਗੀ ਹੈ। ਮਤਲਬ ਹਰ ਟਾਈਪ ਦੀ ਕਸਟਮਰ ਨੂੰ ਪ੍ਰੋਪਰ ਸੈਟਿਸਫਾਈਡ ਕਰਾ ਕੇ ਭੇਜੀਦਾ ਵੀ ਲਾਈਵ ਡੈਮੋ ਦੀ ਪ੍ਰੋਵੀਜ਼ਨ ਜਿਹੜੀ ਹੈਗੀ ਹੈ ਉਹ ਫਸਟ ਡੇ ਨਾਲ ਅਸੀਂ ਰੱਖੀ ਹੋਈ ਆਪਣੇ। ਇੱਕ ਬਹੁਤ ਵਧੀਆ ਚੀਜ਼ ਵੀ ਹੁੰਦੀ ਹੈ, ਅਗਲਾ ਵੀ ਹਰ ਇੱਕ ਟਾਈਪ ਦੇ ਡਿਜ਼ਾਈਨ ਦੇਖ ਲੈਂਦਾ,
ਕਈਆਂ ਨੂੰ ਅਲੱਗ ਟਾਈਪ ਦੇ ਪਸੰਦ ਆਉਂਦੇ ਨੇ ਵੀ ਮੇਰੀ ਪਰਸਨਲ ਚੋਇਸ ਕਿ ਹਰ ਇੱਕ ਤਰੀਕੇ ਦੀ ਚੋਇਸ ਮਿਲੂਗੀ, ਹਰ ਇੱਕ ਤਰੀਕੇ ਦਾ ਡਿਜ਼ਾਈਨ ਮਿਲੂਗਾ, ਹਰ ਇੱਕ ਤਰੀਕੇ ਦਾ ਬ੍ਰਾਂਡ ਮਿਲੂ। ਸੋ ਹੁਣ ਬਸ ਫੈਸਟੀਵਲ ਸੀਜ਼ਨ ਵੀ ਸ਼ੁਰੂ ਹੋਣ ਵਾਲਾ ਅਤੇ ਫੈਸਟੀਵਲ ਸੀਜ਼ਨ ਨੂੰ ਲੈ ਕੇ ਕਸਟਮਰ ਦੇ ਲਈ ਤੁਹਾਡੇ ਕੋਲ ਕੀ ਔਫਰਸ ਨੇ ਜਿਹੜਾ ਤੁਸੀਂ ਉਹਨਾਂ ਨੂੰ ਦਿਓਗੇ? ਹਾਂ ਸਰ, ਇਹ ਗੱਲ ਤੁਸੀਂ ਠੀਕ ਕਰੀ ਹੈ ਸਰ। ਐਕਚੁਅਲੀ ਕੀ ਹੈ ਕਿ ਅਸੀਂ ਇਸ ਦੀਵਾਲੀ ਦੇ ਉੱਪਰ ਕਸਟਮਰ ਨੂੰ ਬਹੁਤ ਅੱਛਾ ਔਰ ਹੈਂਡਸਮਲੀ ਔਫਰ ਦਿੰਦੇ ਹਾਂ, ਦੇਣ ਜਾ ਰਿਹਾ ਕਿ ਕੋਈ ਬੰਦਾ ਕੋਈ ਪ੍ਰੋਡਕਟ ਲੈਂਦਾ ਹੈ ਉਸਨੂੰ ਇਮੀਡੀਏਟ, ਕੋਈ ਕਹਿੰਦਾ ਇੰਸਟੈਂਟ ਕੈਸ਼ਬੈਕ, ਇੰਸਟੈਂਟ ਕੈਸ਼ਬੈਕ ਵੀ ਕਾਰਡ ਸਵੈਪ ਕਰਾ ਤਾ ਤਾਂ ਉਹਦਾ 3 ਮਹੀਨੇ ਬਾਅਦ 90 ਦਿਨਾਂ ਬਾਅਦ ਉਹਦਾ ਕੈਸ਼ਬੈਕ ਆਇਆ। ਇਸ ਟਾਈਮ ਅਸੀਂ ਇੰਸਟੈਂਟ ਕੈਸ਼ਬੈਕ ਦੇਣ ਦੀ ਪ੍ਰੋਵੀਜ਼ਨ ਕਰ ਰਹੇ ਹਾਂ ਵੀ ਕੋਈ ਪ੍ਰੋਡਕਟ ਕਿਸ ਟਾਈਮ ਲੱਗਦਾ ਕਸਟਮਰ, ਉਸੇ ਟਾਈਮ ਅਸੀਂ ਕੈਸ਼ ਉਹਦਾ ਨਾਲ ਦੀ ਨਾਲ ਅਸੀਂ ਇਮੀਡੀਏਟ ਲੈਸ ਕਰ ਦਿੰਦੇ ਹਾਂ ਜੋ ਵੀ ਉਹਦੀ ਉਸ ਉਹਦੇ ਮਾਡਲ ਟੂ ਮਾਡਲ ਜਿਹੜੇ ਵੈਰੀ ਕਰਦੇ ਹੈ। ਔਰ ਕੈਸ਼ਬੈਕ ਦੀ ਸਕੀਮ ਹੈ, ਵਾਰੰਟੀ ਐਕਸਟੈਂਡ ਕੀਤੀ ਹੈ ਔਰ ਕੁਛ ਅਸੀਂ ਆਪਣੇ ਵੱਲੋਂ ਕਸਟਮਰ ਨੂੰ ਗਿਫਟ ਵੀ ਪ੍ਰੋਵਾਈਡ ਕਰਾ ਰਹੇ ਹਾਂ। ਕੈਸ਼ਬੈਕ ਜਿਹੜਾ 3% ਤੋਂ ਲੈ ਕੇ ਮੈਕਸੀਮ 15% ਤੱਕ ਦਾ ਵੀ ਕੈਸ਼ਬੈਕ ਹੈਗਾ। ਤੇ ਸਰ ਪਟਿਆਲਾ ਦੀ ਨਜ਼ਰ ਆਪਣੀ ਕਿੱਥੇ ਕਿੱਥੇ ਸ਼ੋਪ ਨੇ ਤੇ ਕਸਟਮਰ ਕਲਾਇੰਟ ਆਪਾਂ ਨੂੰ ਕਿੱਥੇ ਕਿੱਥੇ ਵਿਜ਼ਿਟ ਕਰ ਸਕਦਾ ਹੈ ਜੀ? ਸਰ ਪਟਿਆਲਾ ਦੇ ਅੰਦਰ ਨਾ ਸਰ ਇੱਕ ਤਾਂ ਬੜਾ ਕਿਸ਼ਨ ਨਗਰ ਲੋਅਰ ਮਾਲ ਦੇ ਅੰਦਰ ਸ਼ੋਰੂਮ ਹੈ, ਅਸੀਂ ਹੈਫਲੇ ਬੋਸ ਔਰ ਬਾਕੀ ਬ੍ਰਾਂਡਸ ਕਰਦੇ ਹਾਂ। ਔਰ ਇੱਕ ਹਾਈ ਲਾਈਫ ਸਟੂਡੀਓ ਬਣਾਇਆ ਵਰਲਪੁਰ ਅਲੀਕਾ ਦਾ, ਔਰ ਕੁਛ ਮਾਡਲ ਡਿਸਪਲੇ ਲਗਾਇਆ ਹੋਇਆ, ਮਾਡਲ ਕਿਚਨ ਦਾ ਹਰ ਜਿਹੜਾ ਲੇਟੈਸਟ ਪ੍ਰੋਡਕਟ ਹੈ ਉਹ ਉੱਥੇ ਡਿਸਪਲੇ ਮਿਲੇਗਾ। ਅਤੇ ਫਿਰ ਕਈ ਕਸਟਮਰ ਦਾ ਆਹ ਸਵਾਲ ਹੁੰਦਾ ਹੈ ਵੀ ਹੁਣ ਸਾਡੇ ਘਰ ਇੰਨੀ ਮਨੀ ਨਹੀਂ ਹੈ, ਅਸੀਂ EMI ਉੱਤੇ ਜਾਂ ਕਿਸ਼ਤਾਂ ਉੱਤੇ ਲੈਣਾ ਚਾਹੁੰਦੇ ਹਾਂ, ਤਾਂ ਉਸਦੇ ਲਈ ਆਪਣੇ ਕਿੰਨੀ ਕੀ ਚੀਜ਼ ਨੇ, ਕੀ ਫੈਸਿਲਿਟੀਜ਼ ਹੈਗੀਆਂ ਨੇ? ਸਰ ਸਾਡੇ ਕੋਲ ਜਿਹੜਾ ਕਸਟਮਰ ਕੋਲ ਹਰ ਪੇਮੈਂਟ ਦਾ ਕੈਸ਼ਬੈਕ ਦੇ ਨਾਲ ਨਾਲ ਉਹਦੇ ਨਾਲ ਵੀ EMI ਬਣ ਜਾਂਦੀ ਹੈ, ਪਲੱਸ ਅਸੀਂ ਬਜਾਜ ਦੇ ਅੰਦਰ ਵੀ ਕਸਟਮਰ ਨੂੰ ਫੈਸਿਲਿਟੀ ਪ੍ਰੋਵਾਈਡ ਕਰਦੇ ਹਾਂ। ਜਦੋਂ 8 ਤੋਂ 12 ਤੱਕ ਕਿਸ਼ਤਾਂ ਦੀ ਪ੍ਰੋਵੀਜ਼ਨ ਹੈਗੀ ਹੈ, ਕੋਈ ਵੀ ਕਸਟਮਰ ਪ੍ਰੋਡਕਟ ਲੈਂਦਾ ਉਹਨੂੰ ਦੀਵਾਲੀ ਉੱਪਰ 0% ਫਾਈਨੈਂਸ, 0% ਪ੍ਰੋਸੈਸਿੰਗ ਫੀਸ ਦੇ ਉੱਤੇ ਵੀ ਅਸੀਂ ਕਸਟਮਰ ਨੂੰ ਪ੍ਰੋਡਕਟ ਦੀਵਾਲੀ ਤੱਕ ਪ੍ਰੋਵਾਈਡ ਕਰਾ ਰਹੇ ਹਾਂ।